देखो जीप च भी थोड़ी जी दिक्कत हैगी है, देखो फ्रंट वाला एक्सल कई कई बार रुक जाता है, देखो डिस्कनेक्ट हो गई ना। हाँ जी सत श्रीकाल जी सारिआं नूं, ते लो जी स्वागत है जी नवे वलॉग दे विच। वलॉग मैं लेट ही स्टार्ट करने आ क्योंकि इस तो पहला गोपी काम कर रहा सी मेज ते, ते हुण फ्री होया मेज ते मैं वलॉग स्टार्ट कर लिया। इस तो पहला मैं एडिटिंग कर रहा सीगा, जिहड़ी एक वीडियो आपां शूट कीती बाहर HMT पिछे, आपां कंप्यूटर किराया पाया सीगा उहदी वीडियो एडिट कीती है, अपलोड करती है, शाम नूं पब्लिक हो चुकी। ते दूजा वलॉग भी दिने ही अपलोड कीता मैं, रात एडिट नहीं सी होया। हुण मैं कब्जा छड़ाया इहदे तों, इत्थे बैठा है ते काम स्टार्ट करना सी आपां 28 ते। उस तो पहला काम स्टार्ट करन तों पहला एक जरूरी काम है आपां ओह कर लईए, आ मेज दा जिहड़ा थल्ले आ चादर जी है इहनूं चेंज करना है। ते इस तों पहला ना एक वाइट कलर दा मैट आपां यूज करदे पए सीगे, जिहड़ा कि इस मैट तों पहला विछाया सी आपां, ते उहदा ही इक टुकड़ा मेरे कोल पिया सीगा होर। आ वेखो मैं डबल लै के आया सीगा ते ਉਹ ਜਿਵੇਂ ਅੱਧਾ ਬਚ ਗਿਆ ਸੀ ਹੁੰਦਾ, ਅੱਧਾ ਫਿਰ ਮੈਂ ਸਾਂਭ ਕੇ ਰੱਖਤਾ ਸੀ, ਮੈਨੂੰ ਪਤਾ ਨਹੀਂ ਸੀ ਪਿਆ ਏ। ਤੇ ਹੁਣ ਮੈਨੂੰ ਯਾਦ ਆਇਆ ਕਿ ਟੁਕੜਾ ਪਿਆ ਸੀਗਾ, ਟੁਕੜਾ ਆਪਾਂ ਨੂੰ ਲੱਭ ਗਿਆ ਆ ਰਿਹਾ, ਤੇ ਆਹ ਮੈਟ ਵੀ ਬਹੁਤ ਖਰਾਬ ਹੋਇਆ ਪਿਆ, ਤੇ ਇਸ ਕਰਕੇ ਆਹ ਮੈਟ ਬਦਲਦੇ ਆਪਾਂ, ਥੱਲੜਾ ਮੈਟ ਬਦਲ ਕੇ ਉਸ ਤੋਂ ਬਾਅਦ ਫਿਰ ਅੱਗੇ ਵੀਡੀਓ ਕਰਾਂਗੇ ਸ਼ੂਟ ਆਪਾਂ 28 ਤੇ ਕੰਮ ਉਸ ਤੋਂ ਬਾਅਦ ਸਟਾਰਟ ਕਰਦੇ ਆ, ਪਹਿਲਾਂ ਇਹ ਕੰਮ ਕਰ ਲਈਏ। ਚਲੋ ਕੰਮ ਸਟਾਰਟ ਕਰਦੇ ਆ, ਸਾਨੂੰ ਪਹਿਲਾਂ ਮੈਟ ਨੂੰ ਕਰੀਏ ਪਾਸੇ, ਤੇ ਈਅਰਫੋਨ ਆ ਰਹੇ ਇਹਨਾਂ ਨੂੰ ਟੰਗੀਏ ਇੱਥੇ, ਨੇਲ ਕਟਰ ਇੱਥੇ, ਇਹਨੂੰ ਕਰ ਦਈਏ ਫੋਲਡ, ਅਤੇ ਇਹਨੂੰ ਵੀ ਲਾ ਦਈਏ ਚਾਰਜਰ ਨੂੰ, ਚਾਰਜਰ ਲਾ ਦਈਏ ਇੱਥੇ, ਠੀਕ ਹੈ। ਇਹ ਦੋ ਤਿੰਨ ਕੰਮ ਅਤੇ ਇੱਕ ਜ਼ਰੂਰੀ ਕੰਮ, ਕੰਪਿਊਟਰ ਚਾਲੂ ਕਰ ਦਈਏ ਕਿਉਂਕਿ ਕੰਪਿਊਟਰ ਦੀ ਕਦੇ ਵੀ ਜ਼ਰੂਰਤ ਪੈ ਸਕਦੀ ਆਪਾਂ ਨੂੰ। ਅਤੇ ਚਲੋ ਆਹ ਸਮਾਨ ਸਾਰਾ ਮੈਂ ਚੱਕਦਾ ਵਾਂ ਅਤੇ ਮੇਜ਼ ਨੂੰ ਲੰਡਾ ਕਰਦੇ ਹਾਂ ਆਪਾਂ। ਲੋ ਵੀ ਕਰਤਾ ਲੰਡਾ ਮੇਜ, ਚੱਕਲਾ ਚੱਕਲਾ ਉੱਧਰ ਨਾ ਕੁਛ ਛੜਾ ਦੀ, ਥੋੜ੍ਹਾ ਟਾਈਮ ਲੱਗ ਗਿਆ ਕਿਉਂਕਿ ਨਾ ਉਹ ਥੱਲੇ ਜਿਹੜੀ ਮੋਟਰ ਲਾਈ ਹੋਈ ਸੀ ਆਪਾਂ, ਆਹ ਜਿਹੜੀ ਇਹ ਖੋਲਣ 'ਚ ਥੋੜ੍ਹਾ ਟਾਈਮ ਲੱਗ ਗਿਆ, ਬਾਕੀ ਤਾਂ ਦੋ ਕੋਈ ਨਟ ਘਸੀਚੇ ਸੀ ਇਹਦੇ ਉੱਤੇ, ਬਾਕੀ ਕੋਈ ਚੱਕਰ ਨਹੀਂ। ਚਲੋ ਆ ਖੋਲਦੇ ਹਾਂ ਨਟ ਨੁਟ, ਇਹਦੇ ਤਾਂ ਵਾਹਵਾ ਕੱਸੇ ਹੋਏ ਨੇ, ਨਟ ਖੋਲ੍ਹ ਕੇ ਅਤੇ ਮੈਟ ਚੇਂਜ ਕਰਦੇ ਹਾਂ ਆਪਾਂ। ਲਓ ਵੀ ਮੁੰਡਿਓ ਮੈਟ ਹੋ ਗਿਆ ਚੇਂਜ, ਅਤੇ ਸਾਫ਼ ਸਫਾਈ ਹੋ ਗਈ ਹੈ, ਨਵਾਂ ਨਵਾਂ ਲੱਗਣ ਦਾ ਸੈਟਅਪ, ਸਿਰਫ ਇੰਨਾ ਪੋਰਸ਼ਨ। ਅਤੇ ਕੈਮਰਾ ਕੁਮਰਾ ਕੱਢਦਾ ਮੈਂ, ਸਟਾਰਟ ਕਰਦਾ ਕੰਮ ਆਪਣੇ 28 'ਤੇ ਜਿੰਨਾ ਵੀ ਹੋਊਗਾ, ਅਤੇ ਹੌਲੀ ਹੌਲੀ ਕਰਦੇ ਹਾਂ। ਡੱਬੇ ਡੁੱਬੇ ਕੱਸਣ ਵਾਲੇ ਨੇ ਇਹ ਕੱਸਦੇ ਹਾਂ, ਇਸ ਤੋਂ ਪਹਿਲਾਂ ਹੋਰ ਇਹਦੇ 'ਚ ਨਿੱਕਾ ਨਿੱਕਾ ਕੰਮ ਹੈ ਕਰਨ ਵਾਲਾ ਜਿਹੜਾ ਜ਼ਿਆਦਾ ਇੰਪੋਰਟੈਂਟ ਹੈ, ਅਤੇ ਉਹ ਸ਼ੂਟ ਵੀ ਨਹੀਂ ਹੋਣਾ ਵੀ ਉਹਦੇ 'ਚ ਕੁਛ ਕਲਿੱਪਾਂ ਸ਼ੂਟ ਕਰਨ ਵਾਲੀਆਂ ਨੇ, ਬਾਕੀ ਉਂਝ ਜਿੱਦਾਂ ਬਿਨਾਂ ਸ਼ੂਟ ਕਰਨ ਤੋਂ ਵੀ ਕੰਮ ਹੈਗਾ ਇਹਦੇ 'ਚ, ਅਤੇ ਇੱਕ ਤਾਂ ਉਹ ਕਰਦਾ ਮੈਂ ਪਹਿਲਾਂ, ਉਸ ਤੋਂ ਬਾਅਦ ਫਿਰ ਇਹਨੂੰ ਪੇਂਟ ਕਰਨਾ ਹੈ ਅਤੇ ਆਹ ਡੱਬੇ ਲਾਉਣੇ ਨੇ, ਇਹ ਕੰਮ ਫਿਰ ਉਸ ਤੋਂ ਬਾਅਦ ਕਰਾਂਗੇ ਆਪਾਂ, ਠੀਕ ਹੈ। ਕਿਉਂਕਿ ਫਿਲਹਾਲ ਇਹਦੇ 'ਚ ਕੰਮ ਕਾਫੀ ਹੈ ਕਰਨ ਵਾਲਾ, ਬਾਹਰੋਂ ਵੇਖਣ ਨੂੰ ਲੱਗਦਾ ਵੀ ਹਾਂ ਲਗਭਗ ਤਿਆਰ ਹੈ, ਪਰ ਹੈਗਾ ਨਿੱਕਾ ਨਿੱਕਾ ਕੰਮ, ਬਰੀਕੀ ਦਾ ਨਾ ਕਾਫੀ ਹੈ। ਉਹ ਕਰਦਾ ਮੈਂ, ਫਿਰ ਕੈਮਰਾ ਸੈੱਟ ਕਰਾਂਗਾ ਅਤੇ ਉਹਤੋਂ ਬਾਅਦ ਫਿਰ ਆਪਾਂ ਸ਼ੂਟ ਕਰਾਂਗੇ ਇਹਦੇ 'ਤੇ, ਅਤੇ ਸ਼ਾਮ ਨੂੰ ਫਿਰ ਆਪਾਂ ਜੀਪ ਪਿੱਛੇ ਤਵੀਆਂ ਪਾਵਾਂਗੇ ਜੇ ਟਾਈਮ ਮਿਲਿਆ ਅੱਜ, ਅਤੇ ਪਲੈਨ ਤਾਂ ਪੂਰਾ ਅੱਜ ਵੀਡੀਓ ਸ਼ੂਟ ਕਰਾਂਗੇ। ਅਤੇ ਕੰਮ ਆਪਾਂ ਕਰ ਨਹੀਂ ਦਏ ਹਾਂ, ਅਤੇ ਆਹ ਇੱਕ ਕੰਮ ਹੋਰ ਜੁੜ ਗਿਆ ਸੀ, ਪੱਠੇ ਵੱਢ ਕੇ ਲਿਆ ਵਾਂ ਕਿਉਂਕਿ ਡੈਡੀ ਪੈਲੀ ਪਾਉਣ ਦਿਆ ਸੀਗਾ, ਅਤੇ ਪੱਠੇ ਵੱਢ ਤੇ ਅੱਧੇ ਘੰਟੇ ਤੱਕ ਪਾਵਾਂਗੇ, ਅਤੇ ਉਹਨਾਂ ਚਿਰ ਆਪਾਂ ਕੰਮ ਕਰ ਲੈਣਾ ਟਰੇਟਰ 'ਤੇ, ਅਤੇ ਫਿਰ ਪੱਠੇ ਪਾਉਂਦੇ ਹਾਂ ਇਹਨਾਂ ਨੂੰ, ਅਤੇ ਉਸ ਤੋਂ ਬਾਅਦ ਸ਼ਾਮ ਨੂੰ ਹੋਰ ਵੀ ਕੰਮ ਨੇ, ਅਜੇ ਕਣਕ ਦੀਆਂ ਗੁੱਠਾਂ ਵੀ ਗੋਡਣੀਆਂ ਨੇ, ਅਤੇ ਵੇਖੋ ਕੀ ਬਣਦਾ। ਲਓ ਵੀ ਮੁੰਡਿਓ, ਬਿਜ਼ੀ ਸ਼ਡਿਊਲ 'ਚੋਂ ਟਾਈਮ ਕੱਢ ਕੇ ਥੋੜ੍ਹਾ ਕੁ ਚਿਰ ਆਪਾਂ ਕੰਮ ਕੀਤਾ ਆਪਣੇ V8 ਟਰੈਕਟਰ 'ਤੇ, ਉਸ ਤੋਂ ਇਲਾਵਾ ਕੁਛ ਡਿਜ਼ਾਇਨ ਕਰਨ ਵਾਲਾ ਸੀਗਾ ਇਹਦਾ ਹੀ, ਇੱਕ ਅੱਧਾ ਪਾਰਟ ਉਹ ਵੀ ਡਿਜ਼ਾਇਨ ਕੀਤਾ, ਥੱਲੇ ਵਾਲੇ ਕੰਮ ਵੀ ਬਸ ਹੁਣ ਅਜੇ ਪੱਠੇ ਪਾ ਕੇ ਆਇਆ ਮੈਂ, ਅਤੇ ਵੈਸੇ ਤਾਂ ਪੈਲੀ 'ਚ ਵੀ ਜਾਣਾ, ਵੱਟਾ ਵੁੱਟਾਂ ਬਣਾਉਣੀਆਂ ਨੇ ਅਤੇ ਹੋਰ ਵੀ ਕੰਮ ਕਾਫੀ ਨੇ, ਅਤੇ ਪਰ ਮੈਂ ਕਿਹਾ ਟਾਈਮ ਕੱਢ ਕੇ ਵੀਡੀਓ ਸ਼ੂਟ ਕੀਤੀ ਜਾਵੇ, ਕਿਉਂਕਿ ਕਾਫੀ ਦਿਨਾਂ ਦੇ ਸੋਚਣ ਦਾ ਹੈ ਸ਼ੂਟ ਕਰਾਂਗੇ, ਕਾਫੀ ਦਿਨਾਂ ਦੇ ਤਾਂ ਨਹੀਂ, ਇੱਕ ਦੋ ਦਿਨਾਂ ਦੀ ਸੋਚਣ ਦਾ ਹੈ ਬਸ। ਅਤੇ ਹੁਣ ਆਪਾਂ ਕਰਦੇ ਹਾਂ ਵੀਡੀਓ ਸ਼ੂਟ ਛੇਤੀ ਛੇਤੀ, ਅਤੇ ਅੱਜ ਮੈਨੂੰ ਅੰਦਰੋਂ ਫੀਲਿੰਗ ਆ ਰਹੀ ਹੈ ਕਿ ਕੁਛ ਨਾ ਕੁਛ ਟੁੱਟੂਗਾ ਆਪਣੀ ਜੀਪ ਦਾ ਅੱਜ, ਬਾਕੀ ਚਲੋ ਵੇਹਨੇ ਆ ਕੀ ਬਣਦਾ। ਅੱਜ ਆਪਾਂ ਜੀਪ ਦੀ ਵੀਡੀਓ ਸ਼ੂਟ ਕਰਨੀ ਹੈ, ਜੀਪ ਪਿੱਛੇ ਪਾਵਾਂਗੇ ਤਵੀਆਂ, ਪਰ ਤਵੀਆਂ ਪਾਵਾਂਗੇ ਆਪਣੀਆਂ ਦੂਜੀਆਂ ਜੈਕ ਵਾਲੀਆਂ। ਸਭ ਤੋਂ ਪਹਿਲਾਂ ਤਾਂ ਜੀਪ ਹੀ ਚਾਹੀਦੀ ਹੈ ਜਿਹਦੀ ਵੀਡੀਓ ਸ਼ੂਟ ਕਰਨੀ। ਓਏ ਮੈਨੂੰ ਐਂ ਲੱਗਦਾ ਇਹਦਾ ਨਾ ਐਕਸਲ ਹੁਣੇ ਹੀ ਹਿੱਲਿਆ ਹੋਇਆ, ਇੱਥੇ ਰੱਖ ਕੇ ਇਹਨੂੰ ਚਲਾ, ਅਤੇ ਆਹ ਵੀ ਖੋਲਿਆ ਸੀ ਮੇਜ਼ ਤੋਂ ਅਤੇ ਇਹ ਵੀ ਫਿੱਟ ਕਰਨਾ ਹੈ ਜੀ ਇਹਦਾ ਨਾ ਫਰੰਟ ਵਾਲਾ ਐਕਸਲ,
ਜਿਹੜਾ ਇਹਦਾ ਕ੍ਰੋਸ ਹੈ ਉਹਦੇ ਚ ਕੋਈ ਦਿੱਕਤ ਹੈ ਤੂੰ ਬੈਟਰੀ ਪਾ ਦਿੰਦੇ ਬੈਟਰੀ ਪੈਂਦੀ ਪਹਿਲਾਂ ਵੇਖ ਇਹਦੇ ਚ ਮੈਨੂੰ ਮੋਟੀ ਬੈਟਰੀ ਪੈਂਦੀ ਵੱਡੀ ਨੀ ਪੈਂਦੀ ਹੈ ਨਾ ਚਲੋ ਕੋਈ ਨੀ ਬੈਟਰੀ ਦਾ ਕੋਈ ਹੱਲ ਕਰ ਲਾਂਗੇ ਆਪਾਂ ਤੇ ਕੈਮਰਾ ਕੱਢਦੇ ਹਾਂ ਸਾਉਣੋਂ ਪਹਿਲਾਂ ਦੇ ਇਹਦਾ ਮੈਮਰੀ ਕਾਰਡ ਵੀ ਚੇਂਜ ਕਰਨਾ ਪੈਣਾ ਆਪਾਂ ਮੈਮਰੀ ਕਾਰਡ ਯੂਜ਼ ਕਰਾਂਗੇ ਸੋਨੀ ਵਾਲਾ ਠੀਕ ਹੈ ਲਓ ਜੀ ਮੈਗਜ਼ੀਨ ਲੋਡ ਤਿਆਰ ਹੈ ਆਪਣਾ ਕੈਮਰਾ ਸੋਰੀ ਬਸ ਕਰ ਬਸ ਕਰ ਇੰਨੀ ਕੁ ਚੱਲ ਗਈ ਇੰਨਾ ਕੁ ਬਹੁਤ ਹੈ ਬਾਕੀ ਚਲੋ ਬਾਹਰ ਚਲਾ ਕੇ ਬਹਿੰਦੇ ਹਾਂ ਇਹਦੇ ਬੈਕ ਚ ਡਿਫਰੈਂਸ਼ੀਅਲ ਤੇ ਲਿਆ ਨਾ ਹੈਗਾ ਇਹਦੇ ਬੈਕ ਚ ਹਾਂ ਲਾ ਕਤੋਂ ਪੂਰੇ ਪੂਰੇ ਯਾਰ ਮੁੜ ਤੇ ਜਾਂਦੀ ਹੈ ਮੈਂ ਨਵਾਂ ਟਰੈਕਟਰ ਬਣਾਉਂਗਾ ਨਾ ਨਾ ਚਲੋ ਵੀ ਮੁੰਡੇ ਉਹ ਲੈ ਕੇ ਚੱਲਦੇ ਹਾਂ ਸਮਾਨ ਬਾਹਰ ਨਾਲੇ ਤੇ ਰੀਲਾਂ ਰੂਲਾਂ ਬਣਾ ਲਾਂਗੇ ਸ਼ੋਰਟ ਵੀਡੀਓ ਸ਼ੂਟ ਕਰ ਲਾਂਗੇ ਇੱਕ ਯੂਟਿਊਬ ਵਾਸਤੇ ਵੀਡੀਓ ਸ਼ੂਟ ਕਰ ਹੀ ਲਾਂਗੇ ਲੱਗਦੇ ਹੱਥ ਚਲੋ ਕਰਦੇ ਹਾਂ ਸੈੱਟ ਆਪਾਂ ਇੱਕ ਤਾਂ ਕਿੱਲਾ ਵੀ ਸੈੱਟ ਕਰੀਏ ਮਿੱਟੀ ਥੋੜੀ ਪੱਧਰੀ ਕਰਦੇ ਹਾਂ ਐਂ ਕਰਾਂਗੇ ਜੀਪ ਆਪਾਂ ਇੱਥੇ ਹਵੇਲੀ 'ਚ ਖਿਲਾਰ ਦਾਂਗੇ ਅਤੇ ਜਿਹੜੀਆਂ ਆਪਣੀਆਂ ਹੱਲਾਂ ਨੇ ਨਾ ਹਾਂ ਅਤੇ ਜਿਹੜੀਆਂ ਆਪਣੀਆਂ ਹੱਲਾਂ ਕਹਿੰਦੇ ਆ ਤਵੀਆਂ ਨੇ ਨਾ ਉਹਨਾਂ ਨੂੰ ਉੱਥੇ ਮੋਟਰ 'ਤੇ ਖਿਲਾਰਦੇ ਹਾਂ ਫਿਰ ਇੱਥੋਂ ਜੀਪ ਖੜਾਂਗੇ ਆਫ ਰੋਡਿੰਗ ਕਰਦੇ ਹੋਏ ਰਾਹ ਤੋਂ ਤਾਂ ਆਪਾਂ ਜਾਣਾ ਨਹੀਂ ਹੁੰਦਾ ਸਿੱਧੇ ਰਾਹ 'ਤੇ ਆਪਾਂ ਜਾਣਾ ਨਹੀਂ ਹੁੰਦਾ ਪੁੱਠੇ ਸਿੱਧੇ ਰਾਹ ਜਾ ਕੇ ਘੁੰਮ ਫਿਰ ਕੇ ਉਹ ਉੱਥੋਂ ਹੱਲਾਂ ਲਿਆਵਾਂਗੇ ਹੱਲਾਂ ਕਹਿੰਦੇ ਆਵਾਂ ਤਵੀਆਂ ਲਿਆਵਾਂਗੇ ਲਿਆ ਕੇ ਫਿਰ ਇੱਥੇ ਵੇਹਨੇ ਆ ਕਿੰਨਾ ਕੁ ਖਿੱਚਦੀ ਹੈ ਮੈਨੂੰ ਤਾਂ ਲੱਗਦਾ ਖਿੱਚੂਗੀ ਬਾਕੀ ਚਲੋ ਜੈਕ ਹੈਗਾ ਇਹਦੇ 'ਚ ਜੇ ਜ਼ਰੂਰਤ ਪਈ ਤਾਂ ਆਪਾਂ ਟਾਇਰ ਲਾ ਲਾਂਗੇ ਥੋੜ੍ਹੇ ਜਿਹੇ ਬਾਕੀ ਚਲੋ ਵੇਹਨੇ ਆ ਚੱਲ ਕਰ ਕਰ ਸੈੱਟ ਕਰ ਛੇਤੀ ਤੂੰ ਹੁਣ ਔਨ ਕੀਤਾ ਹੋਇਆ ਤਾਂ ਬੈਟਰੀ ਡਾਊਨ ਕਰਨੇ ਆ ਹੋਰ ਕੁਛ ਨਹੀਂ ਕਰਨੇ ਆ ਤੂੰ ਤੇ ਮੌਸਮ ਵੀ ਉੱਤੋਂ ਵੇਖ ਹਵਾ ਵੀ ਵਗਣ ਦੀ ਸੂਰਜ ਵੀ ਡੁੱਬਣ ਵਾਲਾ ਛੇਤੀ ਕਰ ਦੇ ਕੁਇਕਲੀ ਕੁਇਕਲੀ ਵਲੋਗ ਕਰੂੰਗਾ ਛੇਤੀ ਕਰ ਫਿਰ ਆਪਾਂ ਟਰਾਲਾ ਵੀ ਪਾਸੇ ਕਰਨਾ ਪੈਣਾ ਕਿ ਲੰਘ ਜੂਗੀ ਚੱਲ ਲੰਘਾਵਾਂਗੇ ਕੋਈ ਨਾ ਕੋਈ ਜੁਗਾੜ ਲਾ ਕੇ ਜੀਪ ਖਿੱਚ ਲੂਗੀ ਟਰਾਲਾ ਜੀਪ ਨੇ ਖਿੱਚਣਾ ਹੀ ਨਹੀਂ ਟਰਾਲਾ ਚਲੋ ਵੇਖ ਲੈਨੇ ਹਰ ਚਲੋ ਚਲੋ ਕਰਦੇ ਹਾਂ ਸ਼ੂਟ ਕਰਦੇ ਹਾਂ ਆਪਾਂ ਛੇਤੀ ਛੇਤੀ ਕਿਉਂਕਿ ਮੌਸਮ ਵੀ ਉਵੇਂ ਦਾ ਹੁਣ ਅੱਧਾ ਘੰਟਾ ਹੈ ਜਾਂ ਘੰਟਾ ਲਾ ਲਓ ਉਦੋਂ ਬਾਅਦ ਪੈਲੀ 'ਚ ਵੀ ਜਾਣਾ ਵੱਟਾਂ ਵੁੱਟਾਂ ਵਾਲਾ ਕੰਮ ਨਿਬੇੜ ਕੇ ਆਵਾਂਗੇ ਲਓ ਵੀ ਮੁੰਡੇ ਉਹ ਸ਼ੂਟਿੰਗ ਆਪਾਂ ਵਿੱਚ ਹੀ ਰੋਕਤੀ ਹੈ ਕੱਲ੍ਹ ਕੰਟੀਨਿਊ ਕਰਾਂਗੇ ਸ਼ੂਟਿੰਗ ਕਿਉਂਕਿ ਨਾ ਆਪਣੀ ਜੀਪ ਦੇ ਵਿੱਚ ਸਪੈਸ਼ਲ ਬੈਟਰੀਆਂ ਪੈਂਦੀਆਂ ਨੇ ਆ ਜਿਹੜੀਆਂ ਅਨਿੱਕੀਆਂ ਠੀਕ ਹੈ ਅਤੇ ਇਹ ਗਿਣਤੀ ਦੀਆਂ ਦੋ ਹੀ ਬੈਟਰੀਆਂ ਆਪਣੇ ਕੋਲ ਅਤੇ ਉਹਨਾਂ 'ਚੋਂ ਵੀ ਇੱਕ ਬੈਟਰੀ ਕਾਫੀ ਟਾਈਮ ਦੀ ਜੀਪ ਦੇ ਵਿੱਚ ਸੀਗੀ ਉਹ ਵੀ ਅੱਧੀ ਕੁ ਡਾਊਨ ਸੀਗੀ ਨਵੀਂ ਬੈਟਰੀ ਲਿਆ ਕੇ ਪਾਈ ਹੈ ਉਹ ਵੀ ਡਾਊਨ ਹੀ ਸੀ ਕਿਉਂਕਿ ਚਾਰਜ ਨਹੀਂ ਸੀ ਲਾਈ ਮੈਂ ਅਤੇ ਉਹ ਮੈਂ ਹੁਣ ਜੀਪ 'ਚ ਲਾਉਣ ਦਿਆ ਸੀ ਇੱਥੇ ਅਤੇ ਆਖੋ ਉਧਰੋ ਬੈਟਰੀ ਬਿਲਕੁਲ ਡਾਊਨ ਹੈ ਇਸ ਕਰਕੇ ਹੁਣ ਸ਼ੂਟ ਨਹੀਂ ਕਰ ਸਕਦੇ ਆਪਾਂ ਬਾਕੀ ਦੂਜੀ ਬੈਟਰੀ ਪਾ ਕੇ ਵੇਹਨੇ ਹਾਂ ਦੂਜੀ ਮਤਲਬ ਜਿਹੜੀ ਪਹਿਲਾਂ ਇਹਦੇ 'ਚ ਕੱਢੀ ਹੈ ਉਹਦੇ ਥੋੜ੍ਹੀ ਮੋਟੀ ਪਾਵਰ 'ਤੇ ਚੱਲ ਹੈਗੀ ਹੋਈ ਹੈ ਇਹ ਨਵੀਂ ਲਿਆ ਕੇ ਪਾਈ ਸੀ ਅੰਦਰੋਂ ਇਹ ਤਾਂ ਉਦੋਂ ਵੀ ਗਈ ਗੁਜਰੀ ਹੈ ਕਾਫੀ ਟਾਈਮ ਦੀ ਮੈਨੂੰ ਲੱਗਦਾ ਚਾਰਜ ਨਹੀਂ ਲਾਈ ਅਤੇ ਐਵੇਂ ਪਈ ਹੈ ਲੈ ਫੜ ਇਹਨੂੰ ਚਾਰਜ ਲਾ ਦੇ ਆਹ ਬੈਟਰੀ ਵਿੱਚ ਪਾ ਕੇ ਮੈਂ ਥੋੜ੍ਹੀ ਚਲਾ ਕੇ ਵਿਖਾਉਣਾ ਇਹ ਵੀ ਡਾਊਨ ਹੀ ਹੈ ਵੈਸੇ ਤਾਂ ਬਾਕੀ ਥੋੜ੍ਹੀ ਜਿਹੀ ਚਲਾ ਲੈਂਦੇ ਆਪਾਂ ਕੱਲ੍ਹ ਫਿਰ ਆਹ ਕਿੱਲੇ 'ਚ ਦੁਬਾਰੇ ਵਾੜਾਂਗੇ ਬੈਟਰੀਆਂ ਚਾਰਜ ਕਰਕੇ ਹੁਣ ਵੈਸੇ ਵੀ ਹਨੇਰਾ ਜਿਹਾ ਹੋ ਗਿਆ ਸੂਰਜ ਵੀ ਲਗਭਗ ਤੁਰ ਗਿਆ ਠੀਕ ਹੈ ਲਓ ਇੱਕ ਵਾਰੀ ਬੈਟਰੀ ਦੂਜੀ ਪਾ ਲਈ ਮੈਂ ਦੂਜੀ ਮਤਲਬ ਜਿਹੜੀ ਪਹਿਲਾਂ ਇਹਦੇ ਵਿੱਚ ਸੀਗੀ ਅਤੇ ਇਹ ਬੈਟਰੀ ਥੋੜ੍ਹੀ ਜਿਹੀ ਚਾਰਜ ਹੈ ਜਿਹੜੀ ਬਾਅਦ 'ਚ ਪਾਈ ਸੀ ਉਹਦੇ ਨਾਲੋਂ ਦੇਖੋ ਇਹਦੇ 'ਚ ਪੂਰਾ ਖਿੱਚਦੀ ਜੀਪ ਮੈਂ ਕਿਹਾ ਬੈਟਰੀਆਂ ਚਾਰਜ ਤਾਂ ਕਰਨੀਆਂ ਹੀ ਨੇ ਚੰਗੀ ਤਰ੍ਹਾਂ ਡਾਊਨ ਤਾਂ ਕਰੀਏ ਕੁਛ ਨਾ ਰੀਲ ਬਣਾਉਂਦੇ ਹਾਂ ਤਵੀਆਂ ਭਰ ਗਈਆਂ ਫੁੱਲ ਆ ਵੇਖੋ ਕੁਛ ਤਵੀਆਂ ਦੇ ਵੀ ਨਾ ਕਾਫੀ ਟਾਈਮ ਦੀ ਰਿਪੇਅਰਿੰਗ ਹੋਣ ਵਾਲੀ ਆ ਇਹਦੇ ਨਾ ਅਗਲੇ ਚੱਕਰ ਜੇ ਸਹੀ ਢੰਗ ਤਰ੍ਹਾਂ ਘੁੰਮ ਦੇਣਗੇ ਅਗਲੇ ਤਵੇ ਨੇ ਜਿਹੜੇ ਠੀਕ ਹੈ ਪਿਛਲੇ ਤਵੇ ਤਾਂ ਬਿਲਕੁਲ ਸਹੀ ਘੁੰਮਦੇ ਨੇ ਅਗਲੇ ਤੋਂ ਵੀ ਤੁਸੀਂ ਵੇਖਣ ਨਹੀਂ ਦਾ ਘੁੰਮਣ ਨਹੀਂ ਦਾ ਇਹਦੀ ਵੀ ਓਇਲਿੰਗ ਓਇਲਿੰਗ ਹੋਣ ਵਾਲੀ ਹੈ ਅਤੇ ਕੱਲ੍ਹ ਆਪਾਂ ਪੂਰੀ ਰੈਡੀ ਕਰ ਲਾਂਗੇ ਅਤੇ ਕੱਲ੍ਹ ਫਿਰ ਪਾਵਾਂਗੇ ਇਹਦੇ ਪਿੱਛੇ ਜੀਪ ਪਿੱਛੇ ਬਾਕੀ ਉਮੀਦ ਹੈ ਖਿੱਚ ਲੂਗੀ ਜੀਪ ਆਰਾਮ ਨਾਲ ਇਹਨੂੰ ਦੇਖੋ ਜੀਪ 'ਚ ਵੀ ਥੋੜ੍ਹੀ ਜਿਹੀ ਦਿੱਕਤ ਹੈਗੀ ਹੈ ਦੇਖੋ ਫਰੰਟ ਵਾਲਾ ਐਕਸਲ ਕਈ ਕਈ ਵਾਰੀ ਰੁਕ ਜਾਂਦਾ ਦੇਖੋ ਡਿਸਕਨੈਕਟ ਹੋ ਗਈ ਨਾ ਬੈਟਰੀ ਇਹ ਵੀ ਡਾਊਨ ਹੀ ਹੈ ਅਤੇ ਹੁਣ ਇਹਨੂੰ ਚਾਰਜ ਲਾਵਾਂਗੇ ਮੈਂ ਚਲੋ ਰੀਲ ਬਣਾ ਲੈਣਾ ਮੈਂ ਛੇਤੀ ਛੇਤੀ ਉਦੋਂ ਬਾਅਦ ਫਿਰ ਅੰਦਰ ਲੈ ਕੇ ਜਾਂਦੇ ਹਾਂ
ठीक है ना, तो वह भी रख दे जिथों कटिया ही, दवा दो दूजिया तवियां कड लिया भी पाने उन्होंने तवे वे करा, कुछ नहीं होने कुछ छिड़खानी नहीं करनी जीवना, सवेरे कंटिन्यू करनी वीडियो, अज इन कुछ हो गया तो शूट की वेच ही रह जूगी, कितने नहीं तोरना, तोरना ही नहीं बिलकुल। जल लाया झोटा झूटा ओ कड लिया, ये नहीं चलूगी हूं, कहता तो कहता, ये सिर्फ एक रील शूट करूगी ओद बाद फिर अंदर जाऊगी। लो मुंडियो रील आप शूट कर ली सी, अपलोड करती है, शॉर्ट वीडियो भी नहीं शूट की क्योंकि कुछ नेरा हो गया सीगा, ते नेरे तानू पता फोन की क्वालिटी थोड़ी डाउन हो जाती है, इस करके कल आप एक शॉर्ट वीडियो भी शूट कर लाँगे, कल फिर थोड़ा टाइम ना लगेंगे, हूँ एवं का हो गया ना मौसम भी पहला अर्गे दिन तो रहे नहीं, हूँ नेरा भी जिम्मे छेती हो जाता धुंध जी करके, कुछ जिम्मे अगुग लगती है धुएं करके, तो सूरज भी छेती छिप जाता, इस करके कल तो थोड़ा जहा टाइम ना शूट स्टार्ट करा आप, बाकी रिपेयर कर लेने जोड़ा भी बेच दिक्कत हैगी है, जीप दे भी थोड़ी जी हैगी दिक्कत फ्रंट वाले एक्सल च, वो कद कद रुक जाता टायर, तो बाकी जी अपन तवियां ने उन्होंने भी रिपेयर कर लेने, तो कल फिर आप शूट करा प्रोपर, हजे किला भी नहीं तैयार किया, अच्छे तो भाई छेती छेती जो भी लग गया सू चल छेती शूट हो जूगी, पर नहीं फिर कम बद गया, इस करके कल करा आप शूट, हूँ नेरा हो तो गया, बाकी वेहने पैली चा माड़ा मोटा काम नबेड़ के आने, तो आके फिर वेहने पहला तो हैरो ही काम करा, इनू रिपेयर करते हैं, जीप न ठीक करते हैं, उदो बाद टाइम बचा तो V8 से भी काम कर लाँगे, कल फिर कोशिश है कि V8 न पेंट करा, तो बाकी कल का कल ही वेखांगे, अज नहीं कोई प्लैन आप दस दे भी कल आ करना, क्योंकि कुछ नहीं पता बोलते कुछ हाँ हो कुछ हो ही जाता, इस करके आप अज वाले ब्लॉग च नहीं कुछ भी कहते भी कल आप आ कर लाँगे वो कर लाँगे, कल का कल ही पता लगेगा की बनता, तो इधर रखो मेनू टूब जगानी पई, टूब जगा के यह ब्लॉग करना है, पिछे बैकग्राउंड बहुत सोहना आंदा, दिन रात का फर्क है तेरे मेरे फोन की कैमरा क्वालिटी का, तू रुक जा मेनु लियाउन दे तू आना नवा की फोन है कोई नहीं फिर वेखा वेख लो एक दूजे नू, चलो अंदर चलते आप पहला पैली जाके आने, आ गया अपने सैटअप च वापस, इस तो पहला मैं पहली बार गया सीगा, तो उतों बस थोड़ा टाइम ही हो फ्री होए नूं, तो सैटअप च आ गए, तो वैसे तो V8 ते काम करना सी, पर आ जिहड़ा खलारा अज पाया तो मैं सोचा चलो इनू पहला कंप्लीट कर लेने, फिर कल वीडियो भी शूट करनी है, तो अज ते तवियां खोलियां सी मैं, तो अगे नालों तो थोड़ियां जिहियां रैलियां होईयां ने भी हुण तवे जिहड़े आराम नाल घूमदे पए ने, थोड़े जिहे टाइट सीगे मिट्टी जी फसी सी विच, तो मैं सारा साफ तो करता, बाकी सवेरे वेखांगे किवें दियां चलदियां, तो होर भी निक्के मोटे काम ने विच करन वाले वह भी करदा पिया, तो दूजे पासे जिहड़ी अपनी जीप है इहदे वास्ते भी एक चीज़ प्रिंट करनी है, इहनूं थोड़ा अपग्रेड कर दिया, क्योंकि पहला इहदे विच आ ही बैटरी पैंदी सीगी निक्की, कोई स्पेस की कमी है इहदे विच, तो आ बैटरियां तुहानूं पता ही है कदे कदे चार्ज करी दियां ने, ज़्यादा यूज़ तो करदे नहीं आपां, तो आ बैटरियां आपां नवीं बनाईआं होईआं, तो मेरा प्लैन सी इहदे वास्ते जुगाड़ बनाउणा कि आ बैटरी विच फिट हो जाए, ताकि आपां अपने कोल जिन्नियां बैटरियां सारियां यूज़ कर सकीए, भी जिवें हुण अज समस्या हो गई सी भी आ दो ही लिमिटेड जिहियां बैटरियां सीगियां, तो इस करके आपां नूं वीडियो विच रोकनी पई, तो इहदा पक्का हल करदा मैं, तो कंप्यूटर मैं चलाया होया, बस हुण डिजाइन करन ही लगा सीगा, इहदे वास्ते ना एक वड्डा एक डब्बा डिजाइन करदे आ, उहदे उत्ते दो एम्प लग जाणगे, ठीक है इन्ना उच्चा, ताकि विच वड्डी बैटरी भी आ जाए, आ जिहड़ी बैटरी है, तो बस उनकी तैयारी कर लगा सीगा मैं चलो व्लॉग भी स्टार्ट कर लेने, तो बस जीप रख ली इत्थे, आ रहा अपना MM मीटर, तो मिणके नाल दी नाल डिजाइन करदा मैं, उदो बाद कोशिश तो यही है कि प्रिंट करना ला देवांगा जिन्ना भी टाइम लगेगा, वो भी मुंडियो अपनियां तवियां भी असैम्बल करतीयां सी मैं, तो इधर जीप वाला जिहड़ा जगाड़ है वह भी प्रिंट करना लाता मैं, लगभग 1.5 घंटा लगेगा, दो पार्ट ने दोवें प्रिंट होने च, असैम्बल आप सवेरे ही करांगे, तुहानूं सवेरे वाले व्लॉग च वेखण नूं मिल जूगा, तो मौके पर आ दो बैटरियां मैं चार्ज लाइया ने, एक बैलेंस चार्जर तो लाया हुआ चार्ज करना, तो आ एक मैं डायरैक्ट करती सी तो इनू भी चार्ज करना लाया हुआ, तो अज का ब्लॉग अपना इतों तक सीगा, वेखन लई बहुत बहुत धन्यवाद जी सारिया का, मिलते हैं सवेरे नवे ब्लॉग च, एक तो जी शूटिंग अपनी बेच रह गई है वह कंटिन्यू करते हैं, तो दूजा V8 ते काम करते हैं जे सब कुछ सही रहा, कोई ज़्यादा कम ना पिया, ठीक है जी, तो बाकी चलो मिलते हैं सवेरे, ओके बाय टाटा।